ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਹੋ? ਅਤੇ ਅੱਜ ਆਪਾਂ ਪਹੁੰਚ ਗਏ ਪਿੰਡ ਮਦੇਵੀ। ਮਦੇਵੀ ਪਿੰਡ ਦੇ ਵਿੱਚ ਪਹੁੰਚ ਕੇ ਆਪਾਂ ਇੱਥੇ ਬੈਠੇ ਹਾਂ। ਆਪਣਾ ਇਹਨੂੰ ਬੋਰਡ ਕਹਿੰਦੇ ਨੇ ਜਾਂ ਸੱਥ ਕੀ ਜਿਹੜੀ ਚੀਜ਼ ਹੁੰਦੀ ਆ। ਆਪਾਂ ਇੱਥੇ ਪਹੁੰਚ ਚੁੱਕੇ ਹਾਂ ਅਤੇ ਇੱਥੇ ਆਪਣੇ ਇੱਕ ਬਾਈ ਜੀ ਬੈਠੇ ਨੇ। ਬਾਈ ਜੀ ਨਾਲ ਕਰਦੇ ਹਾਂ ਆਪਾਂ ਗੱਲ, ਪੁੱਛਦੇ ਹਾਂ ਪਿੰਡ ਬਾਰੇ। ਸਲਾਮ ਵਾਲੇਕੁਮ ਬਾਈ ਜੀ। ਵਾਲੇਕੁਮ। ਹੋਰ ਕੀ ਹਾਲ ਹੈ ਜੀ? ਠੀਕ ਹੋ? ਵਧੀਆ। ਕੀ ਨਾਮ ਹੈ ਜੀ ਆਪਣਾ? ਨਾਮ ਮੇਹਰਦੀਨ ਹੈ। ਮੇਹਰਦੀਨ, ਮੇਹਰਦੀਨ ਜੀ ਕਿੰਨੀ ਉਮਰ ਹੋ ਗਈ ਜੀ ਤੁਹਾਡੀ? ਆਪਣੀ ਉਮਰ ਵੀਰੇ ਲਗਭਗ ਬਰੋਟਾ ਜਗ੍ਹਾ ਕੁਛ ਨੀ ਲੱਗਿਆ ਹੋਇਆ ਤਾਂ ਪੈਸਾ ਉਹ ਵਾਲਾ ਉਹ ਇਹ ਵੀ ਨੀ ਆਹ ਵੀ ਨੀ ਹੁੰਦੀ ਸੀ ਜਾਲੀ ਜੀ ਕੁਛ ਨੀ ਥਾ ਸੜਕ ਵੀ ਨੀ ਥੀ ਸੜਕ ਵੀ ਨੀ ਸੀ ਮਿੱਟੀ ਦਾ ਰੇ ਤੇ ਇੱਕ ਮੈਦਾਨ ਜਿਹਾ ਥਾ ਬਸ ਇਹਦੇ ਪਰ ਜਦ ਪੈਦਾ ਹੋਇਆ ਤਾਂ ਆਹ ਥਗਾ ਬੋਰਡ ਇਹ ਵੀਰੇ ਡੇ ਥਗਾ ਨਿੰਮ ਥੀ ਪਤਾ ਨੀ ਪਿੱਪਲ ਤਾਂ ਥਾ ਇਹ ਤਾਂ ਨਿੰਮ ਥੀ ਇਹ ਹੁਣ ਪਿੱਪਲ ਹੋ ਗਿਆ ਤੇ ਤੁਸੀਂ ਕਹਿੰਦੇ ਹੋ ਰਿਹਾ ਵੀ ਨਹੀਂ ਹੁੰਦਾ ਦਾ ਹੱਕ ਚਾ ਜਿਹੜਾ ਆਪਣੇ ਆਪ ਬਣੇ ਹੋਏ ਨੇ ਤੇ ਬੈਠਣ ਵਾਸਤੇ ਜਿਹਦੇ ਪਰ ਆਪਾਂ ਬੈਠੇ ਹਾਂ ਵੀਰੇ ਕੁਛ ਇਹ ਹੈ ਨਹੀਂ ਦਾ ਇਹ ਦਾ ਕੀ ਕਹਿੰਦੇ ਨੇ ਸਰਕਾਰ ਨੇ 5 ਸਾਲ ਪਹਿਲਾਂ ਹੀ ਲਵਾਏ ਨੇ ਤਾਂ ਮਤਲਬ 5 ਸਾਲ ਪਹਿਲਾਂ ਹੋਏ ਹੋ ਤੁਸੀਂ ਨਾ ਵੀਰੇ ਇੰਨਾ ਨਹੀਂ ਪਤਾ ਮੈਨੂੰ ਵੀਰੇ ਇੰਨਾ ਨਹੀਂ ਪਤਾ ਕੀ ਕੰਮ ਕੀ ਕਰਦੇ ਹੋ ਤੁਸੀਂ ਪੁਰਾਣੇ ਹੋ ਬਸ ਕੰਮ ਕੀ ਕਰਦੇ ਹੋ ਕੰਮ ਵੀਰੇ ਆਪਣਾ ਕੋਈ ਨਹੀਂ ਹੈਗਾ ਕੰਮ ਆਪਾਂ ਊਂ ਵਿਹਲੇ ਹਾਂ ਊਂ ਵਿਹਲੇ ਹੋ ਫਿਰ ਊਂ ਕੀ ਕਰਦੇ ਹੋ ਵਿਹਲੇ ਤੋਂ ਇਲਾਵਾ ਵਿਹਲੇ ਤੋਂ ਇਲਾਵਾ ਵੀਰੇ ਆਪਣਾ ਜੱਦੀ ਪੁਸ਼ਤੀ ਕਰਨਾ ਹੈ ਭਾਂਡੇ ਤੋਂ ਜੱਜੀ ਪੁਸ਼ਤੀ ਜੱਦੀ ਪੁਸ਼ਤੀ ਹੈ ਵੀਰੇ ਭਾਂਡੇ ਧੋਣ ਦਾ ਕੰਮ ਬਾਪ ਦਾਦਿਆਂ ਦੇ ਟਾਈਮ ਭਾਂਡੇ ਧੋਣੇ ਆ ਕਿੱਥੇ ਧੋਣੇ ਹੋ ਭਾਂਡੇ ਪ੍ਰਿਆਹੀ ਜਿੱਥੇ ਲੰਗਰ ਲੱਗੇ ਮਰਗਾਂ ਤੇ ਵਿਆਹਾਂ ਤੇ ਅੱਛਾ ਸ਼ਾਦੀ ਪੈਲਸਾਂ ਚ ਭਾਂਡੇ ਧੋਣੇ ਹੋ ਵਿਆਹ ਸ਼ਾਦੀਆਂ ਤੇ ਪੈਲਸਾਂ ਦੇ ਵੀ ਵੀਰੇ ਜਿੱਥੇ ਮਰਜੀ ਮਰਗ ਹੋਈ ਉੱਥੇ ਵੀ ਧੋ ਦਿੰਦੇ ਕੀ ਦਿਹਾੜੀ ਮਿਲ ਜਾਂਦੀ ਹੈ ਉੱਥੇ ਤੋਂ ਭਾਂਡੇ ਧੋਣ ਦੀ ਵੀਰੇ ਅਲੱਗ ਅਲੱਗ ਦਿਹਾੜੀ ਹੈ ਵੀਰੇ ਸਾਰੀ ਜਗ੍ਹਾ ਕਿਤੇ 300 ਵੀ ਮਿਲ ਜਾਂਦਾ ਕਿਤੇ 500 ਵੀ ਮਿਲ ਜਾਂਦਾ ਅੱਛਾ ਜੀ ਕਿਤੇ 400 450 ਜਿੰਨੇ ਮਿਲ ਜਾਂਦੇ ਲਿਆਈਦਾ ਰੋਟੀ ਨਾਲ ਫ੍ਰੀ ਹੈ ਵੀਰੇ ਤਿੰਨ ਟਾਈਮ ਦੀ ਰੋਟੀ ਨਾਲ 400 ਰੁਪਇਆ 500 ਰੁਪਇਆ ਦਿਹਾੜੀ ਅਤੇ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੇ ਹੁਣ ਅੱਗੇ ਮੇਰੀ ਵੀਰੇ ਵੈਸੇ ਤਾਂ ਕੋਈ ਤਮੰਨਾ ਨਹੀਂ ਹੈਗੀ ਮੇਰੀ ਬਾ ਇੱਕੋ ਹੀ ਤਮੰਨਾ ਮੇਰੀ ਕੀ ਵੀ ਪੈਲਸ ਖੋਲਣਾ ਮੈਨੇ ਪੈਲਸ ਫਿਰ ਉੱਥੇ ਜਿਹੜੇ ਪੈਲਸ 'ਚ ਭਾਂਡੇ ਧੋਣੇ ਚੌਂਕੀਦਾਰ ਲੱਗ ਜਾਓ ਸੁਬਾਹ ਨੂੰ ਖੋਲ ਦਿਆ ਕਰੋ ਰਾਤ ਨੂੰ ਬੰਦ ਕਰ ਦਿਆ ਕਰੋ ਪੈਲਸ ਦਾ ਗੇਟ ਨਹੀਂ ਖੋਲਣਾ ਮੈਨੇ ਪੈਲਸ ਖੋਲਣਾ ਪੈਲਸ ਖੋਲਣਾ ਪੈਲਸ ਖੋਲਣਾ ਕੀ ਨਾਮ ਕੀ ਰੱਖੋਗੇ ਪੈਲਸ ਦਾ ਪੈਲਸ ਦਾ ਤੁਹਾਡੇ ਆਪਣੇ ਭਾਂਡੇ ਤੁਹਾਡੇ ਆਪਣੇ ਭਾਂਡੇ ਇਹ ਕਿਹੜਾ ਨਾਮ ਹੋਇਆ ਬਾਈ ਤੁਹਾਡੇ ਆਪਣੇ ਭਾਂਡੇ ਵੀਰੇ ਧੋਣ ਦੀ ਲੋੜ ਨਹੀਂ ਨਾ ਪੈਣੀ ਕਿੱਥੇ ਖੋਲੋਗੇ ਕਿਹੜੀ ਜਗ੍ਹਾ ਖੋਲਣਾ ਆਹੀ ਮਦੇਵੀ ਪਿੰਡ 'ਚ ਖੋਲਣਾ ਹੈ ਕਿਤੇ ਹੋਰ ਖੋਲੋਗੇ ਜਾ ਕੇ ਵੀਰੇ ਮੈਂ ਹਰ ਪਿੰਡ ਦੇ ਵਿੱਚ ਇੱਕ ਬ੍ਰਾਂਚ ਖੋਲਣੀ ਚਾਹੁੰਦਾ ਅੱਛਾ ਜੀ ਕਿੰਨੇ ਸਪਨਾ ਵੀਰੇ 10x10 ਦੇ ਨਹੀਂ ਵੀਰੇ ਹੋਰ ਘੱਟੋ ਘੱਟ ਜਗ੍ਹਾ ਚਾਹੀਦੀ ਹੈ 5x16 ਦੀ 5x16 ਦੀ ਠੀਕ ਹੈ 5 ਫੁੱਟ ਚੌੜੀ 16 ਫੁੱਟ ਲੰਬੀ ਲੱਗ ਜਾਇਆ ਕਰਨ ਇੱਕ ਵਾਰ 'ਚ ਅੱਛਾ ਜੀ ਇੱਕ ਦੋ ਲੈਣਾ 10 ਇੱਧਰ ਬਹਿ ਜਾਣ ਇੰਨਾ ਕੁ ਪੈਲਸ ਖੋਲਣਾ 25-30 ਬੰਦਿਆਂ ਜੋਗੀ ਰੋਟੀ ਬਸ ਇੱਕ 10 ਗੇੜ ਲਾਏ 250 ਬੰਦਾ ਰੋਟੀ ਖਾ ਤੇ ਹਰ ਇੱਕ ਪਿੰਡ ਦੇ ਵਿੱਚ ਇੱਕ ਬ੍ਰਾਂਚ ਖੋਲਣੀ ਆ ਤੁਸੀਂ ਹਾਂ ਵੀਰੇ ਚਲ ਰੱਬ ਤੁਹਾਨੂੰ ਤਰੱਕੀ ਦੇਵੇ ਜੀ ਖੋਲੇ ਤੁਹਾਡਾ ਪੈਲਸ ਚਲੋ ਠੀਕ ਹੈ ਜੀ ਉਸਤਾਦ ਜੀ ਮਿਲਦੇ ਆਪਾਂ ਕਿਸੇ ਹੋਰ ਬੰਦੇ ਨੂੰ ਓਕੇ